ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਮੇਰੇ ਸੱਜਣੋ ਮਿੱਤਰੋ ਅਤੇ ਬੇਲੀਓ, ਕੀ ਹਾਲ ਚਾਲ ਹੈ ਸਾਰਿਆਂ ਦਾ? ਅੱਲਾਹ ਤਾਲਾ ਦੀ ਜ਼ਾਤ ਮੇਰੇ ਸਾਰੇ ਦੋਸਤਾਂ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅੱਜ ਅਸੀਂ ਤੁਹਾਡੇ ਵਾਸਤੇ ਰਾਈਫਲ ਲੈ ਕੇ ਆਏ ਹਾਂ 223 ਬੋਰ, ਜਿਹੜੀ AK-47 ਤੋਂ ਕਨਵਰਟ ਹੁੰਦੀ ਹੈ। ਇਹਦੇ ਮੁਤਲਕ ਰਿਵਿਊ ਕਰਾਂਗੇ, ਇਹਦੇ ਮੁਤਲਕ ਸਾਰਾ ਅਸੀਂ ਤੁਹਾਨੂੰ ਦੱਸਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਸਾਰੇ ਦੋਸਤਾਂ ਅੱਗੇ ਰਿਕੁਐਸਟ ਕਰਨਾ ਵਾਂ, ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ, ਕਮੈਂਟ ਕਰਿਆ ਕਰੋ, ਤਾਂ ਕਿ ਫਟਾਫਟ ਆਪਾਂ 1 ਮਿਲੀਅਨ 'ਤੇ ਪਹੁੰਚੀਏ। ਲਓ ਜੀ, ਅਸੀਂ ਤੁਹਾਡੇ ਵਾਸਤੇ ਅੱਜ ਜਿਹੜੀ ਰਾਈਫਲ ਲੈ ਕੇ ਆਏ ਹਾਂ ਉਹ ਰਾਈਫਲ ਹੈ 223 ਬੋਰ। 223 ਬੋਰ ਰਾਈਫਲ ਕਲਾਸ਼ ਨੂੰ ਜਿਹੜੀ ਕਨਵਰਟ ਕਰਦੇ ਨੇ। ਇਹਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਚੇਂਜ ਹੁੰਦੀਆਂ, ਕਿਹੜੀਆਂ ਕਿਹੜੀਆਂ ਜੈਨੂਅਨ ਰਹਿੰਦੀਆਂ ਨੇ। ਔਰ ਬਹੁਤ ਸਾਰੇ ਦੋਸਤ ਸਾਨੂੰ ਇਹ ਮੈਸੇਜ ਕਰ ਚੁੱਕੇ ਨੇ, ਉਹ M4 ਦੀ ਜਿਹੜੀ ਆਪਾਂ ਵੀਡੀਓ ਲਾਈ ਸੀ ਉਹਦੇ ਥੱਲੇ, ਕਿ ਭਾਈ ਤੁਸੀਂ M4 ਰਾਈਫਲ ਤੋਂ ਇਲਾਵਾ ਵੀ ਕਿਸੇ ਚੀਜ਼ ਦਾ ਰਿਵਿਊ ਕਰੋ, ਸੈਗਾ 223 ਬੋਰ ਦਾ ਕਰੋ ਜਾਂ ਦੂਸਰੀਆਂ ਦਾ। ਅਤੇ ਉਹ ਜਿਹੜਾ ਨਾ ਮੈਂ ਹੁਣ ਇਸ ਵਜ੍ਹਾ ਤੋਂ ਇਹਦਾ ਰਿਵਿਊ ਕਰਨ ਲੱਗਾ ਵਾਂ, ਜਿਹੜੀ ਹੈਗੀ ਹੈ ਕਲਾਸ਼ਨ ਤੋਂ ਕਨਵਰਟ, ਇਸ ਤੋਂ ਬਾਅਦ ਜਿਹੜੀ ਸੈਗਾ ਦੀ ਕਾਪੀ ਹੈ ਉਹਨਾਂ ਦਾ ਵੀ ਕਰਾਂਗੇ, ਉਹਦੇ ਮੁਤਲਕ ਵੀ ਸਾਰਾ ਤੁਹਾਨੂੰ ਗਾਈਡ ਕਰਾਂਗੇ। ਲਓ ਜੀ, ਇਹ ਰਾਈਫਲ ਦੇਖੋ ਪਹਿਲੇ, ਇਹ ਰਾਈਫਲ ਹੈ ਜੀ AK-47 ਕਲਾਸ਼ਨ, ਜਿਹੜੀ ਸਿੰਗਲ ਬਾਡੀ ਆਉਂਦੀ ਹੈ ਨਾ, 71, 72, 74, 75 ਮਾਡਲ, ਇਹ ਵਾਲੀ ਸਿੰਗਲ ਬਾਡੀ ਹੈ, ਠੀਕ ਹੈ। ਇਹ ਉਸ ਰਾਈਫਲ ਤੋਂ ਕਨਵਰਟ ਕੀਤੀ ਗਈ ਹੈ। ਇਹਦੇ 2-3 ਤਰੀਕਾਕਾਰ ਨੇ ਕਨਵਰਟ ਕਰਨ ਦੇ। ਇੱਕ ਤਾਂ ਇਹ ਜਿਹੜੀ ਬਾਡੀ ਹੈ, ਇਹਦਾ ਖਾਲੀ ਸਮਾਨ ਲੈ ਕੇ ਵਲੈਤੀ ਅਤੇ ਉਹਨੂੰ ਤਿਆਰ ਕਰ ਦਿੱਤਾ ਜਾਏ। ਦੂਸਰਾ ਇਹ ਕਿ ਅਗਰ ਕਲਾਸ਼ਨ ਖਰੀਦੀ ਜਾਂਦੀ ਹੈ, ਕਲਾਸ਼ਨ ਲੈ ਕੇ ਉਹਨੂੰ ਕਨਵਰਟ ਕੀਤਾ ਜਾਏ, ਉਹਦੀ ਬੈਰਲ ਚੇਂਜ ਕੀਤੀ ਜਾਏ। ਜਿਸਲੇ ਕਨਵਰਟ ਹੁੰਦੀ ਹੈ ਇਹਦੀ ਬੈਰਲ ਚੇਂਜ ਹੁੰਦੀ ਹੈ, ਇਹਦਾ ਬੁਲਟ ਛੋਟਾ ਚੇਂਜ ਹੁੰਦਾ ਹੈ, ਔਰ ਇਹਦੇ ਨਾਲ ਮੈਗਜ਼ੀਨਾਂ ਲੱਗਦੀਆਂ ਹੈ। ਇਹ 3 ਚੀਜ਼ਾਂ ਨੇ ਜਿਹੜੀਆਂ ਕਲਾਸ਼ਨ ਦੇ ਵਿੱਚੋਂ ਚੇਂਜ ਕਰਕੇ ਅਤੇ ਉਹਨੂੰ 223 ਬੋਰ ਕੀਤਾ ਜਾਂਦਾ ਹੈ। ਮੈਂ ਇਹ ਰਾਈਫਲ ਤੁਹਾਨੂੰ ਨੇ ਖੋਲ੍ਹ ਕੇ ਵੀ ਦਿਖਾਉਂਦੇ ਹਾਂ, ਇਹਦੇ ਮੁਤਲਕ ਸਾਰਾ ਗਾਈਡ ਇਸ ਕੋਲੋਂ ਕਰਨ ਲੱਗਾ ਵਾਂ ਕਿ ਸਾਡੇ ਬਹੁਤ ਸਾਰੇ ਦੋਸਤ ਨੇ ਜਿਹੜੇ ਮਸਲਨ ਕਿ ਇੰਨੇ ਪੈਸੇ ਨਹੀਂ ਖਰਚ ਸਕਦੇ। ਓਰਿਜਨਲ ਜਿਹੜੀ ਰਾਈਫਲ ਹੈ ਉਹ 12,20,000 ਰੁਪਏ ਦੀ ਹੈ। M4 ਜਿਹੜੀ ਹੈ, ਜਿਹੜੀ ਵੱਡੀ ਤੋਂ ਛੋਟੀ ਹੁੰਦੀ ਹੈ, ਉਹ ਤਕਰੀਬਨ 4.5 ਲੱਖ ਤੋਂ ਸਟਾਰਟ ਹੁੰਦੀ ਹੈ, ਜਿਹੜੀ ਮੁਕੰਮਲ ਜੈਨੂਅਨ ਰਾਈਫਲ ਹੈ। ਅਤੇ ਅਗਰ ਇੰਨੇ ਵੀ ਕਿਸੇ ਦੋਸਤ ਨੇ ਨਹੀਂ ਪੈਸੇ ਖਰਚ ਕਰਨੇ, ਤਾਂ ਫਿਰ ਉਸ ਤੋਂ ਬਾਅਦ ਇਹ ਸਭ ਨਾਲੋਂ ਬੈਸਟ ਹੈ ਜਿਹੜੀ ਕਲਾਸ਼ ਤੋਂ ਕਨਵਰਟ ਹੁੰਦੀ ਹੈ। ਤਕਰੀਬਨ 2 ਤੋਂ 2.5 ਦੇ ਦਰਮਿਆਨ ਇਹ ਰਾਈਫਲ ਤੁਹਾਨੂੰ ਲੱਭ ਜਾਏਗੀ, ਜਿਹੜੀ ਵਲੈਤੀ ਹੈ। ਜਿਹੜੀ ਦੇਸੀ ਰਾਈਫਲ ਇਹਦੇ 'ਚ ਉਹ ਤਕਰੀਬਨ 50,000 ਤੋਂ ਸਟਾਰਟ ਹੋ ਜਾਏਗੀ, ਜਿਹੜੀ ਮੁਕੰਮਲ ਦੇਸੀ ਗਨ ਨੇ ਨਾ, ਉਹ 50,000 ਤੋਂ ਸਟਾਰਟ ਹੋ ਜਾਏਗੀ। ਉਹਦੇ ਵਿੱਚ ਫਿਰ ਆ ਜਾਂਦਾ ਕਿ ਉਹਦੇ 'ਚ ਕਈ ਪੁਰਜ਼ੇ ਅੱਛੇ ਟੈਂਪਰ ਕਰਕੇ ਲਾਏ ਹੁੰਦੇ ਨੇ, ਅੱਛੇ ਕਾਰੀਗਰ ਦੀ ਬਣੀ ਹੁੰਦੀ ਹੈ, ਉਹਦਾ ਕੋਈ 10-20,000 ਦੂਸਰੀ ਰਾਈਫਲ ਨਾਲ ਜ਼ਿਆਦਾ ਹੁੰਦਾ ਹੈ। ਔਰ ਇਹਦਾ ਜਿਹੜਾ ਇਹ ਕਲਾਸ਼ਨ ਤੋਂ ਕਨਵਰਟ ਜਿਹੜੀ ਰਾਈਫਲ ਹੈ, ਇਹਦੀ ਸੂਰਤ ਹਾਲ ਇਹ ਵੇ ਕਿ ਜਿਹੜੀ ਕਲਾਸ਼ਨ ਤੋਂ ਕਨਵਰਟ ਹੋ ਜਾਂਦੀ ਹੈ, ਉਹਦੇ ਵਿੱਚ ਬਹੁਤ ਸਾਰੀ ਪਹਿਲੇ ਇਹਦੇ ਵਿੱਚ ਕਮੀ ਕੁਤਾਈ ਇਹ ਆਉਂਦੀ ਸੀ ਕਿ ਬੜੀਆਂ ਰਾਈਫਲਾਂ ਐਸੀਆਂ ਸੀ ਜਿਹੜੀਆਂ ਰਾਈਫਲਾਂ ਕਲਾਸ਼ਨ ਤੋਂ ਕਨਵਰਟ ਹੋ ਕੇ ਵੀ ਚੱਲਦੀਆਂ ਨਹੀਂ ਸਨ। ਮਸਲਨ ਕਿ ਉਹ ਰਾਈਫਲਾਂ ਜਿਹੜੀਆਂ ਨੇ ਨਾ, ਉਹ ਰਿਜ਼ਲਟ ਸਹੀ ਨਹੀਂ ਸਨ ਦਿੰਦੀਆਂ, ਉਸ ਨਾਲ ਚੱਲਦੀਆਂ ਨਹੀਂ ਸਨ। ਲੇਕਿਨ ਇਹ ਸਾਰੀਆਂ ਗੱਲਾਂ ਨੇ ਸਟਾਰਟ ਦੀਆਂ ਜਿਸਲੇ ਕਨਵਰਟ ਹੋਣੀਆਂ ਸ਼ੁਰੂ ਹੋਈਆਂ ਨੇ। ਹੁਣ ਆ ਕੇ ਜਿਹੜੀ ਸੂਰਤ ਹਾਲ ਹੈ, ਜਿਹੜੀ ਕਨਵਰਟ ਰਾਈਫਲ ਹੈ ਉਹ ਬਿਹਤਰੀਨ ਚੱਲਦੀ ਹੈ। ਤੁਸੀਂ ਉਹਦੇ 'ਚ ਅਗਰ ਅਮੈਰੀਕਨ LC ਦੀ ਗੋਲੀ ਨਹੀਂ ਵੀ ਚਲਾਉਣੀ ਚਾਹੁੰਦੇ, ਤੁਸੀਂ ਵਾਹ ਵਾਲੀ ਗੋਲੀ ਚਲਾਓ, ਉਹਦਾ ਰਿਜ਼ਲਟ ਬਿਹਤਰੀਨ ਆਉਂਦਾ ਹੈ, ਬਿਹਤਰੀਨ ਚੱਲਦੀ ਹੈ। 44 ਬੋਰ ਵਾਕੂ ਕਿਤੇ ਨਾ ਕਿਤੇ ਤੰਗ ਨਹੀਂ ਕਰਦੀ ਤੁਹਾਨੂੰ,
ਮੈਂ ਕਿਹਾ ਤੁਹਾਨੂੰ ਤੁਸੀਂ 30 ਗੋਲੀਆਂ ਪਾਈਆਂ, ਰਸਤੇ 'ਚ ਕੋਈ ਗੋਲੀ ਅੜ ਜਾਂਦੀ ਹੈ ਜਾਂ ਫਸ ਜਾਂਦੀ ਹੈ ਜਾਂ ਇਸ ਤਰ੍ਹਾਂ ਦੀ, ਹੁਣ ਉਹਦੇ ਵਿੱਚ ਗੱਲ ਨਹੀਂ ਹੈ, ਹੁਣ ਬਹੁਤ ਅੱਛੀਆਂ ਜਿਹੜੀਆਂ ਨਾ ਉਹ ਰਾਈਫਲਾਂ ਬੰਨੀਆਂ ਸ਼ੁਰੂ ਹੋ ਗਈਆਂ ਨੇ। ਅੱਛਾ ਜੀ, ਇਹਦੇ ਵਿੱਚ ਮੈਂ ਕਿਹਾ ਸੀ ਅਸੀਂ ਤੁਹਾਨੂੰ ਚੈੱਕ ਕਰਾਉਂਦੇ ਹੁਣ ਕਿ ਇਹਦੇ ਵਿੱਚ ਇੱਕ ਬੈਰਲ ਚੇਂਜ ਹੋ ਗਈ, ਇੱਕ ਛੋਟਾ ਬੁਲਟ ਚੇਂਜ ਹੋ ਗਿਆ, ਇੱਕ ਮੈਗਜ਼ੀਨਾਂ ਚੇਂਜ ਹੋ ਗਈਆਂ। ਇਹ ਤਿੰਨ ਚੀਜ਼ਾਂ ਨੇ। ਛੋਟਾ ਬੁਲਟ ਅਗਰ ਤੁਸੀਂ ਨਹੀਂ ਵੀ ਚੇਂਜ ਕਰਨਾ ਚਾਹੁੰਦੇ ਤਾਂ ਉਹਨੂੰ ਟੂਲ ਲੱਗ ਜਾਂਦਾ ਹੈ, ਮੈਂ ਕਿ ਚੂੰਕਿ ਕਲਾਸ਼ਨ ਦੀ ਗੋਲੀ ਭਾਰੀ ਹੈ 223 ਦੀ ਬਰੀਕ ਹੈ, ਉਹਦੇ ਅੰਦਰ ਵੈਲਡਿੰਗ ਕਰਕੇ ਨਾ ਦੁਬਾਰਾ ਉਹਨੂੰ ਟੂਲ ਲਾ ਕੇ ਉਹਨੂੰ 223 ਦੇ ਸਾਈਜ਼ ਦਾ ਕਰ ਦਿੱਤਾ ਜਾਂਦਾ ਹੈ, ਉਹਦੇ ਨਾਲ ਉਹ ਬਿਹਤਰੀਨ ਹੋ ਜਾਂਦੀ ਹੈ। 223 ਬੋਰ ਦੇ ਵਿੱਚ ਕਨਵਰਟ ਰਾਈਫਲ ਜਿਹੜੀ ਤੁਸੀਂ ਕਰਾਉਣੀ ਹੈ, ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਜ਼ਿਆਦਾ ਚੱਲੀ ਰਾਈਫਲ ਹੈ, ਕਿਉਂਕਿ ਬੈਰਲ ਤਾਂ ਆਪਣੇ ਕਿਸੇ ਕਾਰ ਆਮਦ ਹੀ ਨਹੀਂ ਹੈਗੀ ਕਲਾਸ਼ਨ ਦੀ, ਜਿਹੜੀ ਜ਼ਿਆਦਾ ਚੱਲੀ ਰਾਈਫਲ ਹੈ 2 ਲੱਖ ਦੇ 1.5 ਦੇ ਰਾਊਂਡ ਬਾਊਟ ਤੁਹਾਨੂੰ ਲੱਭ ਜਾਵੇ ਉਹਨੂੰ ਕਨਵਰਟ ਕਰਾ ਲਓ, ਜਾਂ ਦਰੇ ਦੇ ਵਿੱਚ ਸਮਾਨ ਮਿਲ ਜਾਂਦਾ ਹੈ ਅਲੈਦਾ, ਤੁਹਾਨੂੰ ਵਲੈਤੀ ਬਾਡੀ ਮਿਲ ਜਾਂਦੀ ਹੈ, ਬੁਲਟ ਮਿਲ ਜਾਂਦੇ ਨੇ, ਬੈਰਲਾਂ ਮਿਲ ਜਾਂਦੀਆਂ ਨੇ, ਉੱਥੇ ਖੁੱਲ੍ਹਾ ਸਾਰਾ ਸਮਾਨ ਤੁਹਾਨੂੰ ਲੈਦਾ ਲੈਦਾ ਮਿਲ ਜਾਂਦਾ ਹੈ। ਤੁਸੀਂ ਉਹ ਲੈਦਾ ਸਮਾਨ ਲੈ ਕੇ ਵੀ ਉਹਨੂੰ ਤਿਆਰ ਕਰਾ ਸਕਦੇ ਜੇ, ਸਿਰਫ ਇੰਨੀ ਕੋਸ਼ਿਸ਼ ਕਰੋ ਕਿ ਥੋੜ੍ਹਾ ਕਾਰੀਗਰ ਚੰਗਾ ਹੈ ਜਿਹੜਾ ਉਹਦਾ ਫਿਟਿੰਗ ਅੱਛੇ ਤਰੀਕੇ ਨਾਲ ਜ਼ਬਰਦਸਤ ਕਿਸਮ ਨਾਲ ਉਹਦੀ ਫਿਟਿੰਗ ਜਿਹੜੀ ਹੈ ਨਾ ਉਹ ਕਰ ਦੇਵੇ। ਲਓ ਜੀ, ਇਹਦੇ 'ਤੇ ਹੁਣ ਇਹ ਵੀਡੀਓ ਜਿਹੜੀ ਆਪਾਂ ਯੂਟਿਊਬ 'ਤੇ ਪਾਵਾਂਗੇ, ਯੂਟਿਊਬ 'ਤੇ ਅਸੀਂ ਖੋਲ੍ਹ ਕੇ ਨਹੀਂ ਦਿਖਾ ਸਕਦੇ, ਸੇਮ ਇਹ ਹੀ ਵੀਡੀਓ ਤੁਹਾਨੂੰ ਫੇਸਬੁੱਕ 'ਤੇ ਮਿਲੇਗੀ, ਉਹਦੇ ਵਿੱਚ ਅਸੀਂ ਤੁਹਾਨੂੰ ਖੋਲ੍ਹ ਕੇ ਵੀ ਦਿਖਾਵਾਂਗੇ, ਟੈਸਟ ਕਰਕੇ ਵੀ ਦਿਖਾਵਾਂਗੇ, ਉਹਦੇ ਵਿੱਚ ਆਪਾਂ ਸਾਰਾ ਕਰਾਂਗੇ। ਵੀਡੀਓ ਦੇ ਲਾਸਟ ਦੇ ਉੱਤੇ ਮੈਂ ਫਿਰ ਉਹ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਲਹਿੰਦੇ ਪੰਜਾਬ ਵਾਲੇ ਅਤੇ ਚੜ੍ਹਦੇ ਪੰਜਾਬ ਵਾਲੇ, ਮੇਰੀਆਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਕਿ ਆਪਣਾ ਜਲਦੀ ਤੋਂ ਜਲਦੀ 1 ਮਿਲੀਅਨ ਮੁਕੰਮਲ ਹੋ ਸਕੇ। ਪਾਕਿਸਤਾਨ ਜ਼ਿੰਦਾਬਾਦ।